ਸਸ਼ਰੀਆ ਕਾਲ ਤੁਸੀਂ ਦੇਖ ਰਹੇ ਹੋ ਅਜੀਤ ਵੈਬ ਟੀਵੀ ਮੈਂ ਹਾਂ ਤਰਨਜੀਤ ਕੌਰ ਤੇ ਅਜੀਤ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਕਰਦੀ ਹਾਂ ਹਾਊਸ ਆਫ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਤੇ ਆਮ ਆਦਮੀ ਪਾਰਟੀ ਦਾ ਹੁਣ ਜਗਮੀਤ ਬਰਾੜ ਦੇ ਲੋਕ ਹਿੱਤ ਅਭਿਆਨ ਨਾਲ ਹੋਇਆ ਗੱਟ ਜੋੜ ਸੁਨੀਲ ਜਾਖੜ ਨੇ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਬਿਜਲੀ ਦੇ ਮੁੱਦੇ ਤੇ ਸਰਕਾਰ ਨੂੰ ਕੇਰਿਆ ਅੰਮ੍ਰਿਤਸਰ ਦੇ ਕਾਰਤੀ ਆਪਕਾਰੀ ਵਿਭਾਗ ਨੇ 12 ਕਿਲੋ ਚਾਂਦੀ ਤੇ ਹੀਰਿਆਂ ਦੇ 28 ਪੈਕੇਟਾਂ ਸਮੇਤ ਦੋਨੋਂ ਕੀਤਾ ਕਾਬੂ ਪਾਵਰ ਗ੍ਰਿਡ ਦਾ ਨੀਜੀਕਰਨ ਕੀਤੇ ਜਾਣ ਦੇ ਵਿਰੁੱਧ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਕੀਤਾ ਅਰਥੀ ਫੂਕ ਮੁਜ਼ਾਰਾ ਉੱਤਰ ਪ੍ਰਦੇਸ਼ ਦੇ ਦੇਵਰੀਆ ਵਿੱਚ ਰਾਹੁਲ ਗਾਂਧੀ ਦੀ ਪੰਚਾਇਤ ਤੋਂ ਬਾਅਦ ਘਾਟਾਂ ਦੀ ਲੁੱਟ ਤੇ ਗਾਲ ਕੱਢਣ ਤੋਂ ਬਾਅਦ ਫਿਲੀਪੀਨਸ ਦੇ ਰਾਸ਼ਟਰਪਤੀ ਰੋਡ੍ਰੀਗੋ ਦੁਤੇਰਤੇ ਨੇ ਓਬਾਮਾ ਤੋਂ ਮੰਗੀ ਮੁਆਫੀ ਤੇ ਹੁਣ ਖਬਰਾਂ ਵਿਸਥਾਰ ਨਾਲ ਕਾਂਗਰਸ ਵਿੱਚ ਜੋ ਕੱਢੀ ਗਈ ਸਾਬਕਾ ਸੰਸਦ ਮੈਂਬਰ ਜਗਮੀਤ ਬਰਾੜ ਨੇ ਮੰਗਲਵਾਰ ਨੂੰ ਬਿਨਾਂ ਸ਼ਰਤ ਆਮ ਆਦਮੀ ਪਾਰਟੀ ਨਾਲ ਗੱਠ ਛੋੜ ਕਰ ਲਈ। ਚੰਡੀਗੜ੍ਹ ਵਿਖੇ ਹੋਈ ਇੱਕ ਪ੍ਰੈਸ ਕਾਨਫਰੰਸ 'ਚ ਪਾਰਟੀ ਦੇ ਮੁਖਾਗੂਆ ਗੁਰਪ੍ਰੀਤ ਖੁੱਗੀ ਸੰਜੀਤ ਸਿੰਘ ਭਗਵੰਤ ਮਾਨ ਤੇ ਜਰਨੈਲ ਸਿੰਘ ਦੀ ਮੌਜੂਦਗੀ ਵਿੱਚ ਜਗਮੀਤ ਬਰਾੜ ਦੀ ਸੰਗਠਨ ਲੋਕhitva ਬਿਆਨ ਤੇ ਆਮ ਆਦਮੀ ਪਾਰਟੀ ਵਿਚਾਰ ਗੱਠਜੋੜ ਹੋਇਆ ਇਸ ਸਮੇਂ ਸੰਜੀਤ ਸਿੰਘ ਨੇ ਕਿਹਾ ਕਿ ਕਿਸਾਨਾਂ ਦੀ ਬਦਹਾਲੀ ਬੇਰੋਜ਼ਗਾਰੀ ਨਸ਼ਾਖੋਰੀ ਆਦਤੋਂ ਪੰਜਾਬ ਬਚਾਉਣ ਦੀ ਜ਼ਰੂਰਤ ਹੈ ਸੰਜੀਤ ਸਿੰਘ ਨੇ ਆਸ ਪ੍ਰਗਟਾਈ ਕਿ ਇਸ ਸੰਗਠਨ ਦੇ ਸਹਿਯੋਗ ਨਾਲ ਆਮ ਆਦਮੀ ਪਾਰਟੀ ਸਰਕਾਰ ਬਣਾਏਗੀ ਤੇ ਲੋਕਾਂ ਨਾਲ ਜੁੜੇ ਮੁੱਦਿਆਂ ਦਾ ਹੱਲ ਕਰ ਦੇਗੀ लोकसभा के अंदर सबसे पहली बार कांग्रेस पार्टी में रहते हुए भी इन्होंने पार्टी से बगावत करके उस मुद्दे को पार्लियामेंट के अंदर उठाने का काम किया ऐसे कद्दावर नेता आदरणीय जगमीत बरार साहब आज आम आदमी पार्टी को समर्थन देने की घोषणा कर रहे हैं लोकहित अभियान जो उनका है उस उसके बारे में अगर मैं चर्चा करूं तो ये लोकहित अभियान बनने से पहले जब वो माघी का मेला हुआ चाहे मजीठा ने लोगों के ऊपर का केस किया, चाहे समय समय पर आम आदमी पार्टी पर कोई प्रहार किए गए संकट पैदा हुआ अकाली दल और कांग्रेस के द्वारा तो उस पर सबसे प्रखर आवाज अगर कोई आम आदमी पार्टी के पक्ष और समर्थन में आई तो वो जगमीत बरार साहब की थी बगैर किसी शर्त के बगैर किसी स्वार्थ के आज इनका एक ही मकसद है पंजाब को बचाना ਕਾਂਗਰਸ ਦੇ ਨੇਤਾ ਸੁਨੀਲ ਜਾਖੜ ਨੇ ਅੱਜ ਜਲੰਧਰ ਵਿਖੇ ਪ੍ਰੈਸ ਕਾਨਫਰੰਸ ਕਰਕੇ ਬਿਜਲੀ ਦੇ ਮੁੱਦੇ ਤੇ ਪੰਜਾਬ ਸਰਕਾਰ ਦੀ ਆਲੋਚਨਾ ਕੀਤੀ। ਉਨਾ ਕਿਹਾ ਕਿ ਪੰਜਾਬ ਵਿੱਚ 61 ਲੱਖ ਬਿਜਲੀ ਦੇ ਗਰੇਲੂ ਕਨੈਕਸ਼ਨ ਹਨ ਜਿਨ੍ਹਾਂ ਨੂੰ ਨਜਾਇਜ਼ ਬਿਜਲੀ ਦੇ ਬਿੱਲ ਆ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਨਿੱਜੀ ਕੰਪਨੀਆਂ ਤੋਂ ਪਿਛਲੀ ਖਰੀਦ ਕੇ ਆਮ ਆਦਮੀ ਤੇ ਬੋਝ ਪਾ ਰਹੀ ਹੈ। ਤੇ ਇਸ ਦੇ ਇਲਾਵਾ ਸਰਕਾਰ ਬੰਦ ਪਈ ਬਿਜਲੀ ਦੇ ਪਲਾਂਟਾਂ ਤੇ 3000 ਕਰੋੜ ਰੁਪਏ ਦੇ ਰਹੀ ਹੈ। ਜਾਖੜ ਨੇ ਕਿਹਾ ਕਿ ਬਿਜਲੀ ਦੀ ਹੋ ਰਹੀ ਦੁਰਵਰਤ ਨੂੰ ਉਹਨਾਂ ਦੀ ਪਾਰਟੀ ਬੰਦ ਕਰੇਗੀ ਅਤੇ ਇਸ ਮੁੱਦੇ ਨੂੰ ਵਿਧਾਨ ਸਭਾ ਵਿੱਚ ਉਠਾਏਗੀ। ਇਸੇ ਦੌਰਾਨ ਉਨ੍ਹਾਂ ਬੀਤੇ ਦਿਨ ਇੱਕ Dalit ਬੱਚੀ ਦੁਆਰਾ ਫਨਾਇਲਪੀ ਕੇ ਆਤਮ ਹੱਤਿਆ ਕਰਨ ਦੇ ਮਾਮਲੇ ਤੇ ਵੀ ਸਰਕਾਰ ਨੂੰ ਕੇਰਿਆ ਉਹਨਾਂ ਕਿਹਾ ਕਿ ਕਾਲਜ ਦੀ ਫੀਸ ਨਾ ਦਿੱਤੇ ਜਾਣ ਤੇ Dalit ਬੱਚੀ ਵੱਲੋਂ ਆਤਮ ਹੱਤਿਆ ਦਾ ਕਦਮ ਚੁਕਣਾ ਨਮੋਸ਼ੀ ਵਾਲੀ ਗੱਲ ਹੈ ਅਤੇ ਕਾਂਗਰਸ ਉਹਨਾਂ ਦੇ ਨਾਲ ਖੜੀ ਹੈ ਕਾਂਗਰਸ ਪਾਰਟੀ ਇਸ ਗੱਲ ਨੂੰ ਸਿਰੇ ਤੈ ਲੈ ਕੇ ਜਾਊਗੀ ਆ ਜਿਹੜੇ ਪੰਜਾਬ ਦਾ ਲੂਟ ਹੋ ਰਹੀ ਹੈ ਪੰਜਾਬ ਦੇ ਗਰੀਬ ਲੋਕਾਂ ਨਾਲ ਉਸ ਲੁੱਟ ਨੂੰ ਬੰਦ ਕਰਾ ਕੇ ਬਿਜਲੀ ਦੇ ਬਿੱਲ ਘਟਾਏ ਜਾਣ ਇਹ ਅਪਰਿਆਸ ਸਾਡਾ ਜਾਰੀ ਰਹੂਗਾ ਵਿਧਾਨ ਸਭਾ 'ਚ ਅਸੀਂ ਮੰਗ ਕਰਦੇ ਹਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਤੋਂ ਵੀ ਇਹਨਾਂ ਗੱਲਾਂ ਦਾ ਜਿਹੜੇ ਅੱਜ ਮੈਂ ਇਲਜ਼ਾਮ ਲਾਏ ਹੈ ਜੋ ਫਾਲਤੂ ਰੇਟ ਦੇ ਰਹੇ ਹੈ ਜੋ ਤਲਵੰਡੀ ਸਾਬੋ ਦੇ ਵਿੱਚ ਫਾਲਤੂ ਜ਼ਮੀਨ ਦਾ ਬੋਝ ਪੰਜਾਬ ਦੇ ਲੋਕਾਂ ਤੇ 1000 ਏਕੜ ਦਾ ਪਾਇਆ ਗਿਆ ਉਹਨਾਂ ਦੇ ਜਵਾਬ ਦੇਣ ਤਾਂ ਕਿ ਲੋਕਾਂ ਨੂੰ ਚਾਣਨਾ ਹੋਵੇ ਉਹਨਾਂ ਦਾ ਪੈਸਾ ਕਿੱਥੇ ਜਾ ਰਿਹਾ ਹੈ ਆ ਘਟਨਾ ਜਿਹੜੀ ਜਲੰਧਰ ਚ ਫੇਰ ਵਾਪਰੀ ਹੈ ਇੱਕ ਬੱਚੀ ਨੇ ਇਸ ਕਰਕੇ ਫਿਨਲ ਪੀ ਲਿਆ ਜਾਣ ਆਪਣੀ ਸੁਸਾਈਸਾਈਡ ਕਰਨ ਦੀ ਕੋਸ਼ਿਸ਼ ਕੀਤੀ ਵੀ ਉਹਦੇ ਕੋਲ ਕਾਲਜ ਦੀ ਫੀਸ ਜਮ੍ਹਾਂ ਕਰਾਉਣ ਦੇ ਪੈਸੇ ਨਹੀਂ ਸੀ ਤੇ ਪੰਜਾਬ ਸਰਕਾਰ ਨੇ ਜਿਹੜੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਦੇ ਜਿਹੜੇ ਪੈਸੇ ਐ ਉਹ ਪੈਸੇ ਦੇਣ ਤੋਂ ਮਨੇ ਉਸ ਕਾਲਜ ਨੂੰ ਨਾ ਕਰਤਾ ਸੀ ਇਸ ਕਰਕੇ ਉਸ ਬੱਚੀ ਨੇ ਫੈਨਲ ਕੀਤਾ ਸਾਂਪਲਾ ਸਾਹਬ ਦਾ ਗ੍ਰਹਿ ਨਗਰ ਹੈ ਜਲੰਧਰ ਇੱਥੇ ਆ ਨਹੀਂ ਪਹਿਲੀ ਦਫਾ ਨਹੀਂ ਥੋੜੇ ਦਿਨ ਪਹਿਲਾਂ ਜੁਲਾਈ ਦੇ ਅੰਦਰ ਦੁਆਬਾ ਕਾਲਜ ਦੇ ਅੰਦਰ 150 ਦਲਿਤ ਪਰਿਵਾਰਾਂ ਦੇ ਬੱਚਿਆਂ ਨੂੰ ਇਸੇ ਤਰ੍ਹਾਂ ਐਡਮਿਸ਼ਨ ਡਿਨਾਈ ਕੀਤੀ ਗਈ ਸੀ ਜਦੋਂ ਸਾਡੇ ਸਾਰੇ ਸਾਥੀ ਸਫਾਈ ਕਰਮਚਾਰੀਆਂ ਨੇ ਕਾਲਜ ਦੇ ਸਾਹਮਣੇ ਆ ਕੇ ਕਿਰਾਵ ਕੀਤਾ ਸੀ ਅੱਜ ਸੁਖਬੀਰ ਬਾਦਲ ਜੀ ਇੱਕ ਪਾਸੇ ਜਦੋਂ ਕਹਿ ਰਹੇ ਆ ਪੰਜਾਬ ਦੇ ਲੋਕਾਂ ਨੂੰ ਵਿਧਾਨ ਸਭਾ 'ਚ ਉਹਨਾਂ ਨੇ ਕਿਹਾ ਵੀ ਆ ਜਿਹੜੇ ਸਕਾਲਰਸ਼ਿਪ ਐ ਆਨਲਾਈਨ ਕਰਕੇ ਉਹਨਾਂ ਦੇ ਖਾਤੇ ਆ ਜੇ ਡਾਇਰੈਕਟ ਪੈ ਜਾਣਗੇ ਕਿਸੇ ਵੀ ਗਰੀਬ ਪਿਛੜੇ ਵਰਗ ਦੇ ਸ਼ਡਿਊਲ ਕਾਸ ਬੱਚਿਆਂ ਦੇ ਜਿਹੜੇ ਐ ਉਹਨਾਂ ਦੀ ਐਡਮਿਸ਼ਨ ਨਹੀਂ ਰੁਕੂਗੀ ਦੂਜੇ ਪਾਸੇ ਇੱਕ ਬੱਚੀ ਨੂੰ ਸ਼ਾਲੀਨੀ ਨੂੰ ਅੱਜ ਫਾਈਨਲ ਇਨਾ ਪਿਆ ਬਹੁਤ ਹੀ ਸ਼ਰਮਨਾਕ ਤੇ ਮੈਂ ਸਮਝਦਾ ਹਾਂ ਵੀ ਸ਼ਾਂਪਲਾ ਸਾਹਿਬ ਨੂੰ ਜਿਨ੍ਹਾਂ ਦਾ ਮੰਤਰਾਲਾ ਐ ਸੋਸ਼ਲ ਜਸਟਿਸ ਐਂਡ ਐਨਪਾਵਰਮੈਂਟ ਦੇ ਮੰਤਰੀ ਐ ਆਪ ਦਾ ਉਹਨਾਂ ਦਾ ਹੋਮ ਟਾਊਨ ਐ ਇੱਕ ਗਰੀਬ ਬੱਚੀ ਇਹ ਗਰ ਇਸ ਤਰ੍ਹਾਂ ਹਤਮਤਿਆ ਕਰਦੀ ਹੈ ਤੇ ਮੈਂ ਸਮਝਦਾ ਲੋਕਤੰਤਰ ਦਾ ਕੋਈ ਮਾਇਨਾ ਨਹੀਂ ਅੰਮ੍ਰਿਤਸਰ ਦੀ ਕਾਰਤੀ ਆਪਕਾਰੀ ਵਿਭਾਗ ਨੇ 12 ਕਿਲੋ ਚਾਂਦੀ ਦੇ ਗਹਿਣਿਆਂ ਅਤੇ ਹੀਰਿਆਂ ਦੇ 28 ਪੈਕੇਟਾਂ ਸਮੇਤ ਦੋ ਵਿਅਕਤੀਆਂ ਨੂੰ ਕਾਬੂ ਕਰਨ ਵਿੱਚ सफलता हासिल विभाग के अधिकारी जा ने जानकारी चांदी आबकारी विभाग ने कार्रवाई करते हुए टोल टैक्स से एक बसो अठाई पैकेट हीर बराबद विभाग वालों इन हीर की कीमत की जांच करवाई जा रही है अधिकारी मुताबिक दोव दोवंजा इशारिया एक प्रतिशत जुर्माना लगे ਹੀਰੇ ਦਿੱਲੀ ਤੋਂ ਲਿਆਂਦੇ ਗਏ ਹਨ ਅਤੇ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕਿੱਥੇ-ਕਿੱਥੇ ਸਪਲਾਈ ਕੀਤੇ ਜਾਣੇ ਸਨ 11 ਵਜੇ ਸਵਾ 11 ਸ਼ਤਾਬਦੀ ਸੇ 12 ਕਿਲੋ ਚਾਂਦੀ ਲੈ ਕੇ ਇੱਕ ਦਿੱਲੀ ਸੇ ਅਮਰਸਰ ਆ ਰਹਾ ਥਾ ہماری ਟੀਮ ਹਰਮਿੰਦਰਬੀਰ ਸਿੰਘ ਈਟੀਓ ਹਰਮੀਤ ਸਿੰਘ ਈਟੀਓ ਮੰਗਲ ਸਿੰਘ ਹੈੱਡ ਕਨਸਟੇਬਲ ਅਤੇ ਇੱਕ ਗੁਰਪ੍ਰੀਤ ਸਿੰਘ ਆ ਹੋਰ ਸਾਥੀ ਇਨਾਂ ਨੇ ਨਾਕਾ ਲਗਾਇਆ ਸੀ ਆ ਇੱਕ ਸ਼ਖਸ ਨੂੰ ਚੈੱਕ ਕੀਤਾ ਬੈਗ ਉਹਦਾ ਉਹਦੇ ਵਿੱਚੋਂ 12 ਕਿਲੋ ਚਾਂਦੀ ਦੇ ਗਹਿਣੇ ਨਿਕਲੇ ਪੰਜਾਬ ਚੈਨੀਆਂ ਐਕਸੈਟਰਾ ਕੜੇ ਉਹਦੀ ਏਵੈਲੂਏਸ਼ਨ ਅਸੀਂ ਬੁਲਾਏ ਨੇ ਮਿਸਟਰ ਮਹਿਰਾ ਔਰ ਉਹ ਗਵਰਨਮੈਂਟ ਆਫ ਬਰੋਡ ਨੇ ਉਹ ਸਾਨੂੰ ਉਹਦੀ ਪੂਰੀ ਵੈਲਿਊ ਲਿਖ ਦੱਸਣਗੇ ਕਿ ਕਿੰਨੇ ਦਿਨ ਗੁਰਸ ਹੈ ਗਿਆ ਨੇ ਉਸ ਤੋਂ ਬਾਅਦ ਅਸੀਂ 52.1% ਇਸ ਨੂੰ ਪੈਨਲਟੀ ਐਂਡ ਟੈਕਸ ਇੰਟਰਸਟ ਲਾ ਕੇ ਇਸ ਨੂੰ ਮਾਲ ਰਿਲੀਜ਼ ਕਰ ਦਾਂਗੇ ਜੋ ਵੀ ਵੈਲਿਊ ਬਣੀਗੀ ਅੱਜ ਸਵੇਰੇ 7 ਵਜੇ ਆਸ-ਪਾਸ ਮਾਨਾਂ ਵਾਲੇ ਗੁਪਤ ਇਨਫੋਰਮੇਸ਼ਨ ਤੇ ਜਦ ਸਿਮਰਨਜੀਤ ਸਿੰਘ ITO ਕੁਲਦੀਪ ਸਿੰਘ ASI ਮੰਗਲ ਸਿੰਘ ਹੈੱਡ ਕਨਸਟੇਬਲ ਸਾਬੀ ਡਰਾਈਵਰ ਗੁੱਗੂ ਡਰਾਈਵਰ ਇਹਨਾਂ ਨੇ ਨਕਾ ਲਗਾਇਆ ਸੀ ਆ ਔਰ ਵਾਲੋ ਵਾਸਤੇ ਵਿੱਚ ਇੱਕ ਸ਼ਖਸ ਦਿੱਲੀ ਤੋਂ ਹੀ ਆਪਣੇ ਗੁਪਤ ਅੰਗਾਂ ਤੇ ਖੀਰੇ ਜੋ ਕਿ ਲਗੜ ਲਗਤ ਤਰ੍ਹਾਂ ਦੇ ਨੇ ਬਨ ਕੇ ਲਗੇ ਆ ਰਾਇਆ ਸੀਆ ਉਸ ਨੂੰ ਚੱਕ ਦਿੱਤਾ ਬੱਸ ਵਿੱਚ ਉਹਦੇ ਕੋ ਪਤਾ ਲੱਗਾ ਕਿ ਪੁੜੀਆਂ ਇਹਨੇ ਆਸ-ਪਾਸ ਬਨ ਕੇ ਇੱਕ ਪੈਕਟ ਚ ਗੁਪਤੰਗਾ ਦੇ ਆਸਪਾਸ ਵਧੀਆਂ ਹੋਈਆਂ ਨੇ ਉਹਨੂੰ ਸਾਡੀ ਟੀਮ ਨੇ ਉਤਾਰਿਆ ਵਾਹਾਂ ਸੇ ਫਿਰ ਲੈ ਕੇ ਜੇ ਆਫਸੇ ਮੇ ਅਗੇ ਜਹਾਂ ਪਰ ਅਬ ਏਵੈਲੂਏਸ਼ਨ ਕੇ ਲਈ ਮਹਿਰਾ ਸਾਹਿਬ ਕੋ ਬੁਲਾਇਆ ਹੋਆ ਹੈ ਉਹ ਇਸ ਕੀ ਏਵੈਲੂਏਸ਼ਨ ਲਗਾਉਣਗੇ उसके कहने के मुताबिक ये माल बीस पच्चीस लाख का है लेकिन सू एक्जैक्ट वैल्यूएशन गवर्नमेंट इम्प्रूव से ही मालूम पड़ेगा कि जे कितने कैरेट के हैं इसकी कितनी वैल्यू है और इसको भी इवंजा पॉइंट फिफ्टी वन पॉइंट वन परसेंट इसको पेनल्टी एंड टैक्स लगा के इसका माल गुड्स इसकी रिलीज की जाएंगी ਪਾਵਰਕਾਮ ਪੰਜਾਬ ਦੀ ਸੱਦੇ ਤੇ ਜੁਆਇੰਟ ਫੋਰਮ ਨਾਬਾ ਮੰਡਲ ਵੱਲੋਂ ਅਰਥੀ ਫੋਕ ਮੁਜ਼ਾਰਾ ਕੀਤਾ ਗਿਆ ਇਹ ਅਰਥੀ ਫੋਕ ਮੁਜ਼ਾਰਾ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਦੇ ਖਿਲਾਫ ਕੀਤਾ ਗਿਆ ਪਾਵਰਕਾਮ ਮੁਲਾਜ਼ਮਾਂ ਨੇ ਦੋਸ਼ ਲਾਇਆ ਕਿ ਸਰਕਾਰ ਵੱਲੋਂ ਖੰਨਾ ਅਤੇ ਬਠਿੰਡਾ ਸਰਕਲ ਦੇ ਨਵੇਂ ਗਰੀਡਾਂ ਨੂੰ ਨਿੱਜੀ ਠੇਕੇ ਤੇ ਦਿੱਤਾ ਜਾ ਰਿਹਾ ਹੈ ਇਸ ਅਮਲ ਨੂੰ ਫੌਰੀ ਤੌਰ ਤੇ ਰੋਕਿਆ ਜਾਵੇ ਅਤੇ ਪਿਛਲੇ ਸਮੇਂ ਵਿੱਚ ਜਿਨ੍ਹਾਂ 4000 ਮੁਲਾਜ਼ਮਾਂ ਦੀ irdti ਕੀਤੀ ਉਹਨਾਂ ਨੂੰ ਡਿਊਟੀ ਤੇ ਤਾਇਨਾਤ ਕੀਤਾ ਜਾਵੇ ਨੇਤਾ ਪੰਜਾਬ ਸਰਕਾਰ ਖਿਲਾਫ ਸੰਘਰਸ਼ ਨੂੰ ਹੋਰ ਤੇਜ਼ ਕੀ ਤਜ਼ਾਵੇਗਾ ਇਸ ਵਕਤ ਪਾਵਰਕਾਮ ਦੇ ਆਗੂ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਗ੍ਰਿਡਾਂ ਤੇ ਕੰਮ ਕਰਦੇ ਪਾਵਰਕਾਮ ਦੇ ਮੁਲਾਜ਼ਮਾਂ ਦੀਆਂ ਬਦਲੀਆਂ ਕਰਕੇ ਗ੍ਰਿਡਾਂ ਨੂੰ ਠੇਕੇ ਤੇ ਦਿੱਤਾ ਜਾ ਰਿਹਾ ਹੈ ਉਹਨਾਂ ਇਸ ਦੀ ਨਿਖੇਦੀ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਸਰਕਾਰੀ ਅਦਾਰਿਆਂ ਨੂੰ ਖਤਮ ਨਹੀਂ ਕੀਤਾ ਜਾਣਾ ਚਾਹੀਦਾ ਹਾਏ 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 ਪੰਜਾਬ ਦੇ ਵਿੱਚ ਖੰਨਾ ਤੇ ਬਠਿੰਡਾ ਸਰਕਲ ਦੇ ਵਿੱਚ ਜੋ ਵੀ ਗ੍ਰਿਡ ਬਣੇ ਹੋਏ ਨੇ ਉਹਨਾਂ ਨੂੰ ਪ੍ਰਾਈਵੇਟ ਕਰਨ ਵਾਸਤੇ ਸਰਕਾਰ ਅੱਗੇ ਵਧੀ ਹੈ ਉਹਨਾਂ ਨੂੰ ਮਰਕੇ ਇੱਕ ਫੈਸਲਾ ਲੈ ਕੇ ਉਹ ਗ੍ਰਿਡਾਂ ਨੂੰ ਪ੍ਰਾਈਵੇਟ ਕਰਕੇ ਉਹਨਾਂ ਨੂੰ ਠੇਕੇਦਾਰੀ ਸਿਸਟਮ ਤੇ ਲਿਗਾ ਕੀਤਾ ਜਾਵੇ ਤਾਂ ਕਿ ਮਰਕੇ ਜੁਆਇੰਟ ਫੋਰਮ ਪੰਜਾਬ ਦੇ ਵੱਲੋਂ ਫੌਰੀ ਤੌਰ ਤੇ ਫੈਸਲਾ ਲੈ ਕੇ ਆਲ ਪੰਜਾਬ ਦੇ ਵਿੱਚ ਜੋ ਮਰਕੇ ਡਿਵੀਜ਼ਨ ਪੱਤਰ ਸਾਬੀਨ ਪੱਤਰ ਦੀ ਜਿਹੜੀ ਅੱਜ ਦੀਆਂ ਅਰਥਿਕ ਉਪਰੇਲੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਬਾਕੀ ਮਰਕੇ ਜੋ ਜੁਆਇੰਟ ਫੋਰਮ ਨਾਲ ਪਿਛਲੇ ਸਮੇਂ ਤੋਂ ਸਮਝੌਤੇ ਹੋਏ ਨੇ ਉਹਨਾਂ ਨੂੰ ਫੌਰੀ ਤੌਰ ਤੇ ਲਾਗੂ ਕੀਤਾ ਜਾਵੇ ਅਤੇ ਨਾਲ ਦੇ ਨਾਲ ਜੁਆਇੰਟ ਫੋਰਮ ਨੂੰ ਫੌਰੀ ਤੌਰ ਤੇ ਮੀਟਿੰਗ ਦੇ ਕੇ ਜੋ ਰਹਿੰਦੇ ਮਸਲੇ ਨੇ ਭਾਵੇਂ ਉਹ ਗ ਹਜ਼ਾਰ ਕੰਮ ਚੈਨਲ ਪਰਤੀ ਕਰਨ ਦਾ ਮਸਲਾ ਹੋਵੇ ਭਾਵੇਂ ਬਿਜਲੀ ਕਾਰਨ ਥੱਲ ਪਉਣ ਵਾਲਾ ਮਸਲਾ ਹੋਵੇ ਜਿਵੇਂ ਵੀ ਹੈਗਾ ਮਰਕੇ ਉਹ ਸਾਰੇ ਮਸਲੇ ਮਰਕੇ ਫੌਰੀ ਤੌਰ ਤੇ ਹੱਲ ਕੀਤੇ ਜਾਣ ਪੰਜਾਬ ਸਰਕਾਰ ਨੂੰ ਵੀ ਅਸੀਂ ਅਪੀਲ ਕਰਦੇ ਹਾਂ ਕਿ ਜਿਹੜੇ ਵੀ ਬਿਜਲੀ ਬੋਰਡ ਤੇ ਜਨਟ ਫੋਰਮ ਨਾਲ ਫੌਰੀ ਤੌਰ ਤੇ ਗੱਲਬਾਤ ਕਰਕੇ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਉੱਤਰ ਪ੍ਰਦੇਸ਼ ਵਿਸ਼ਾਗਾਮੀ ਵਿਧਾਨ ਸਭਾ ਚੋਣਾਂ ਦੇ ਮਦੀਨਜ਼ਰ ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਤੋਂ ਆਪਣੀ ਮਿਸ਼ਨ ਯੂਪ ਦੀ ਸ਼ੁਰੂਆਤ ਕੀਤੀ। ਰਾਹੁਲ ਦੇਵਰੀਆ ਤੋਂ ਦਿੱਲੀ ਤੱਕ ਦੀ 2500 ਕਿਲੋਮੀਟਰ ਲੰਬੀ ਕਿਸਾਨ ਯਾਤਰਾ ਕਰ ਰਹੇ ਹਨ। ਯਾਤਰਾ ਦੀ ਸ਼ੁਰੂਆਤ ਅੱਜ ਦੇਵਰੀਆ ਦੇ ਇੱਕ ਪਿੰਡ ਤੋਂ ਹੋਈ। ਇੱਥੇ ਰਾਹੁਲ ਗਾਂਧੀ ਨੇ ਲੋਕਾਂ ਦੇ ਨਾਲ ਖਾਟ ਚਰਚਾ ਕੀਤੀ। ਇਸ ਲਈ 2000 ਦੇ ਲਗਭਗ ਖਾਟਾਂ ਦਾ ਇੰਤਜ਼ਾਮ ਕੀਤਾ ਗਿਆ ਸੀ। ਪਰ ਮਜ਼ੇਦਾਰ ਗੱਲ ਇਹ ਰਹੀ ਕਿ ਪੰਚਾਇਤ ਦੀ ਸਮਾਪਤੀ ਤੋਂ ਬਾਅਦ ਲੋਕ ਮੰਝੀਆਂ ਲੈ ਕੇ ਚੱਲਦੇ ਬਣੇ। ਟੀਵੀ ਚੈਨਲਾਂ 'ਤੇ ਦਿਖਾਈਆਂ ਜਾ ਰਹੀਆਂ ਤਸਵੀਰਾਂ ਵਿੱਚ ਲੋਕ ਮੰਝੀਆਂ ਲਿਜਾਣ ਲਈ ਲੜਾਈ ਝਗੜਾ ਤੇ ਲੁੱਟਖੋ ਕਰਦੇ ਹੋਏ ਦਿਖਾਈ ਦੇ ਰਹੇ। ਹਾਂ ਲੋਕਾਂ ਦੀ ਆਪਸੀ ਲੜਾਈ ਵਿੱਚ ਬਹੁਤ ਸਾਰੀਆਂ ਮੰਜ਼ੀਆਂ ਦੀ ਟੁੱਟਪੱਜ ਵੀ ਹੋ ਗਈ ਜਿਨ੍ਹਾਂ ਮੰਜ਼ੀਆਂ ਤੇ ਮੀਡੀਆ ਵਾਲੇ ਬੈਠੇ ਸਨ ਲੋਕ ਮੀਡੀਆ ਵਾਲਿਆਂ ਨਾਲ ਲੜ-ਝਗੜ ਕੇ ਉਹ ਮੰਜ਼ੀਆਂ ਖਾਲੀ ਕਰਵਾ ਕੇ ਲੈ ਉੱਡੇ ਫਿਲੀਪੀਨਸ ਦੇ ਰਾਸ਼ਟਰਪਤੀ ਰੋਡ੍ਰੀਗੋ ਦਰਤੇਤੇ ਵੱਲੋਂ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਲਈ ਇਤਰਾਜ਼ਯੋਗ ਸ਼ਬਦਾਂ ਦਾ ਇਸਤੇਮਾਲ ਕੀਤਾ ਗਿਆ ਇਸ ਤੋਂ ਨਰਾਜ਼ ਵਾਈਟ ਹਾਊਸ ਨੇ ਅਮਰੀਕੀ ਰਾਸ਼ਟਰਪਤੀ ਬਰਾਕ ਓਪਾਮਾ ਦੀ ਫਿਲੀਪੀਨਸ ਦੇ ਰਾਸ਼ਟਰਪਤੀ ਰੋਡ੍ਰੀਗੋ ਦੁਤੇਰਤੇ ਨਾਲ ਅੱਜ ਹੋਣ ਵਾਲੀ ਪ੍ਰਸਤਾਵਿਤ ਬੈਠਕ ਨੂੰ ਰੱਦ ਕਰ ਦਿੱਤਾ ਹੈ ਦੂਜੇ ਪਾਸੇ ਓਬਾਮਾ ਨੇ ਇਸ ਨੂੰ ਹਲਕੇ ਵਿੱਚ ਲੈਦਿਆਂ ਦੁਤੇਰਤੇ ਨੂੰ ਰੰਗੀਨ ਮિજાਜ insan ਦੱਸਿਆ ਹਾਲਾਂਕਿ ਦੁਤੇਰਤੇ ਨੇ ਆਪਣੀ ਟਿੱਪਣੀ ਲਈ ਮਾਫੀ ਮੰਗ ਲਈਏ ਅਸਲ ਵਿੱਚ ਫਿਲੀਪੀਨਸ ਦੇ ਰਾਸ਼ਟਰਪਤੀ ਰੋਡ੍ਰੀਗੋ ਦੁਤੇਰਤੇ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਖਿਲਾਫ ਆਪਣੀ ਮੁਹਿੰਮ ਨੂੰ ਲੈ ਕੇ ਵਿਵਾਦਾਂ ਵਿੱਚ ਹਨ 3 ਜੂਨ ਨੂੰ ਉਨ੍ਹਾਂ ਦੇ ਕਾਰਜਪਾਰਣ ਸੰਭਾਲਣ ਤੋਂ ਬਾਅਦ ਪੁਲਿਸ ਦੁਆਰਾ 2400 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਸਮਝਿਆ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਅਮਰੀਕਾ ਉਹਨਾਂ ਨਾਲ ਗੱਲਬਾਤ ਕਰਨ ਵਾਲਾ ਸੀ ਜਿਸ ਤੋਂ ਲੈ ਕੇ ਉਹਨਾਂ ਨੇ ਓਬਾਮਾ ਨੂੰ ਗੱਲ ਕਰ ਦਿੱਤੀ ਆਮ ਆਦਮੀ ਪਾਰਟੀ ਦੇ ਬੀਤੇ ਦਿਨੀ ਮਲੋਟ ਵਿੱਚ ਹੋਈ ਰੈਲੀ ਵਿੱਚ ਹੜਦੰਗ ਮਚਾਉਣ ਤੇ ਹਮਲਾ ਕਰਨ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਅਜੇ ਤੱਕ ਕੋਈ ਕਾਰਵਾਈ ਨਾ ਹੋਣ ਕਾਰਨ ਆਪਾਗੂ ਕਵਰ ਸੰਧੂ ਤੇ ਸੁਖਪਾਲ ਸਿੰਘ ਖੈਰਾ ਪੁਲਿਸ ਮੁਖੀ ਦੇ ਦਫਤਰ ਪਹੁੰਚੇ ਦੋਵਾਂ ਨੇਤਾਵਾਂ ਨੇ ਹਾਲਾਂਕਿ ਡੀਜੀਪੀ ਸੁਰੇਸ਼ ਅਰੋੜਾ ਨੂੰ ਮਿਲਣ ਦੀ ਯੋਜਨਾ ਬਣਾਈ ਸੀ ਪਰ ਉਨ੍ਹਾਂ ਦੀ ਰੁਝੇਵੀ ਹੋਣ ਕਾਰਨ ਉਨ੍ਹਾਂ ਨੇ ਜਾਂਚ ਵਿਭਾਗ ਦੇ ਪ੍ਰਮੁੱਖ ਐਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨਾਲ ਮੁਲਾਕਾਤ ਕੀਤੀ ਆਪਾਗੂਆਂ ਨੇ ਉਕਤ ਮਾਮਲੇ ਨੂੰ ਗਹਿਰੀ ਸਾਜ਼ਿਸ਼ ਦੇ ਤਹਿਤ ਅੰਜਾਮ ਦਿੱਤਾ ਗਿਆ ਦਸਧਿਆਂ ਜਾਂਚ ਉੱਚ ਅਧਿਕਾਰੀ ਦੀ ਨਿਗਰਾਨੀ ਵਿੱਚ ਐਸਆਈਟੀ ਗਠਿਤ ਕੀਤੇ ਜਾਣ ਦੀ ਮੰਗ ਕੀਤੀ ਤੇ ਦੋ ਹਫ਼ਤੇ ਵਿੱਚ ਰਿਪੋਰਟ ਲੈ ਕੇ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਇਸ ਦਿਨ ਆਲੀ ਨੇਤਾਵਾਂ ਨੇ ਕਿਹਾ ਹੈ ਕਿ ਜੇਕਰ ਮਲੋਟ ਕਟਨਾ ਦੇ ਜ਼ਿੰਮੇਵਾਰ ਅਕਾਲੀਆਂ ਤੇ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਪੁਲਿਸ ਅਧਿਕਾਰੀਆਂ ਖਿਲਾਫ ਕਾਰਵਾਈ ਨਾ ਹੋਈ ਤਾਂ ਸੂਬਾ ਵਿਆਪੀ ਸੰਘਰਸ਼ ਸ਼ੁਰੂ ਕੀਤਾ ਜਾਵੇਗਾ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਸੰਸਦ ਮੈਂਬਰਾਂ ਦੀ ਸਰਪਾਰਟੀ ਦੇ 2 ਦਿਨ ਦੇ ਕਸ਼ਮੀਰ ਦੌਰੇ ਤੋਂ ਬਾਅਦ ਅੱਜ ਪ੍ਰਧਾਨ ਮੰਤਰੀ ਸ਼੍ਰੀ ਨਵਿੰਦਰ ਮੋਦੀ ਨੂੰ ਇਸ ਬਾਰੇ ਵਿੱਚ ਪੂਰੀ ਜਾਣਕਾਰੀ ਦਿੱਤੀ ਅੱਜ ਸਵੇਰੇ ਰਾਜਨਾਥ ਸਿੰਘ ਨੇ ਪ੍ਰਧਾਨ ਮੰਤਰੀ ਨਵਿੰਦਰ ਮੋਦੀ ਨਾਲ ਮੁਲਾਕਾਤ ਕੀਤੀ ਵੀ ਪਾਰਟੀਆਂ ਦੇ ਸਰਪਾਰਟੀ ਵਫਦ ਦੀ ਅਗਵਾਈ ਕਰਨ ਵਾਲੇ ਰਾਜਨਾਥ ਸਿੰਘ ਨੇ ਕਿਹਾ ਕਿ ਇਹ ਕਹਿਣਾ ਗਲਤ ਹੋਵੇਗਾ ਕਿ ਦੌਰਾ ਅਸਫਲ ਰਿਹਾ ਖਬਰਾਂ ਮੁਤਾਬਕ ਪ੍ਰਧਾਨ ਮੰਤਰੀ ਮੋਦੀ ਅਤੇ ਰਾਜਨਾਥ ਸਿੰਘ ਵਿਚਾਰ ਕਸ਼ਮੀਰ ਦੀ ਹਿੰਸਾ ਅਤੇ ਉੱਥੇ ਵਿਗੜਦੇ ਹਾਲਾਤ ਸੁਖਾਵੇਂ ਬਣਾਉਣ ਅਗਲੀ ਰਣਨੀਤੀ ਤੇ ਵੀ ਚਰਚਾ ਹੋਈ ਅਮਰੀਕਾ ਦੀ ਚੇਤਾਵਨੀ ਨੂੰ ਨਜ਼ਰਅੰਦਾਜ਼ ਕਰਦੇ ਹੋਏ ਚੀਨ ਨੇ ਦੱਖਣੀ ਚੀਨ ਸਾਗਰ ਵਿੱਚ ਫਿਰ ਤੋਂ ਜਹਾਜ਼ ਭੇਜ ਦਿੱਤੇ ਹਨ ਚੀਨ ਨੇ ਦੱਖਣੀ ਚੀਨ ਸਾਗਰ ਦੇ ਫਿਲੀਪੀਨਸ ਕੋਸਟ ਦੇ ਨਜ਼ਦੀਕ ਵਿਵਾਦਮਈ ਰੀਫ ਦੇ ਆਸ-ਪਾਸ ਵੱਡੀ ਗਿਣਤੀ ਵਿੱਚ ਸਮੁੰਦਰੀ ਜਹਾਜ਼ ਤੇ ਕਿਸ਼ਤੀਆਂ ਭੇਜੀਆਂ ਹਨ ਯਾਦ ਰਹੀ ਕਿ ਜੀਵੀ ਸਿਲੰਦਰਨ ਓਬਾਮਾ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਨੂੰ ਚੇਤਾਵਨੀ ਦਿੱਤੀ ਸੀ ਕਿ ਉਹ ਦੱਖਣੀ ਚੀਨ ਸਾਗਰ ਵਿੱਚ ਨਿਯਮਾਂ ਦਾ ਪਾਲਣ ਕਰੇ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ ਓਬਾਮਾ ਦੀ ਇਸ ਚੇਤਾਵਨੀ ਦਾ ਚੀਨ ਉਤੇ ਕੋਈ ਅਸਰ ਨਹੀਂ ਹੋਇਆ ਫਿਲੀਪੀਨਸ ਦੇ ਰੱਖਿਆ ਮੰਤਰੀ ਡੇਲਫਿਨ ਲਾਰੋਜ਼ਾ ਨੇ ਨਿਊਯਾਰਕ ਟਾਈਮਸ ਨੂੰ ਦਿੱਤੇ ਆਪਣੇ ਇੰਟਰਵਿਊ ਵਿੱਚ ਦੱਸਿਆ ਕਿ ਸਾਡੇ ਕੋਲ ਦੱਖਣੀ ਚੀਨ ਸਾਗਰ ਵਿੱਚ ਚਾਰ ਚੀਨ ਕੋਸਟ ਗਾਰਡ ਸ਼ਿਪ ਤੇ ਛੇ ਹੋਰ ਕਿਸ਼ਤੀਆਂ ਦੀਆਂ ਫੋਟੋਆਂ ਹਨ ਚੀਨ ਦੇ ਇਜਹਾਜ਼ ਵਿਵਾਦਮਈ ਇਲਾਕੇ ਵਿੱਚ ਉਸ ਸਮੇਂ ਵੀਸਨ ਜਦੋਂ ਜੀਵੀ ਸਮਿਲਨ ਦੌਰਾਨ ਓਬਾਮਾ ਜ਼ਿੰਪਿੰਗ ਦੀ ਮੁਲਾਕਾਤ ਹੋ ਰਹੀ ਸੀ ਚੀਨ ਦੀ ਇਸ ਕਾਰਵਾਈ ਨੂੰ ਉਕਸਾਉਣ ਵਾਲੀ ਕਾਰਵਾਈ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ Amy Jackson apne single album de lakh hila de gaane nu leke kafi utsahit nazar aayi. Usne kaha ki ye bahut vadhiya gaana hai te saryaan da isnu bahut pyaar mil reha hai. Is de naal hi Amy apni aawali film Freaky Ali Levi utsahit dikhi. Lakh Hila De was fantastic. As you can see and as the fans can see in the support they've given us, um it's just taken over and we felt that when we were shooting it. we felt the vibe we felt the groove and we just went with it and i'm glad that everybody's loving it and appreciating what's happened so you're enjoying the song totally all the time i'm dancing to it all yeah. the time um, and it's always in my head it doesn't leave mm -hmm. so i think that's what's happened with everybody else nice yeah गणेश चतुर्थी ਦੇ ਦਿਨ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਆਪਣੇ ਘਰ ਸਥਾਪਿਤ ਕੀਤੇ ਗਣਪਤੀ ਜੀ ਦੀ ਆਰਤੀ ਪੂਜਾ ਰੱਖੀ ਜਿਸ ਵਿੱਚ ਬਾਲੀਵੁੱਡ ਦੀਆਂ ਕਈ ਉੱਘੀਆਂ ਹਸਤੀਆਂ ਫਰਾਖ ਖਾਨ, ਡੇਵਿਡ ਤਵਨ, ਸੰਜੇ ਕਪੂਰ, ਸतीश ਕੌਸ਼ਿਕ ਆਪਣੇ ਪੂਰੇ ਪਰਿਵਾਰ ਸਮੇਤ ਪਹੁੰਚੀਆਂ ਸਨ ਕੈਨੇਡਾ ਵਿਖੇ ਮੈਨੀਟੋਬਾ ਸੂਬੇ ਦੇ ਸ਼ਹਿਰ ਵਿਨੀਪੈਗ ਦੀ ਸਮੂਹ ਸੰਗਤ ਅਤੇ ਸਿੱਖ ਬੋਰਡ ਆਫ ਗੁਰਦੁਆਰਾਵਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 492 ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ। ਇਸ ਮੌਕੇ ਵਕਫਕ ਰਾਗੀ ਅਤੇ ਢਾਡੀ ਜਥਿਆਂ ਨੇ ਸੰਗਤਾਂ ਨੂੰ ਗੁਰੂ ਇਤਿਹਾਸ ਦਾ ਜੋੜਿਆ ਇਸ ਸਮੇਂ ਜਿੱਥੇ ਬੱਚਿਆਂ ਨੇ ਗਤਕੇ ਰਾਹੀਂ ਜੋਰ ਵਿਖਾਏ ਉੱਥੇ ਵੱਡੀ ਗਿਣਤੀ ਵਿੱਚ ਗੈਰ ਸਿੱਖ ਕੈਨੇਡੀਅਨ ਲੋਕਾਂ ਨੇ ਵੀ ਸਿੱਖ ਵਿਰਾਸਤ ਅਤੇ ਫਲਸਫੇ ਬਾਰੇ ਜਾਣਕਾਰੀ ਹਾਸਲ ਕੀਤੀ ਗੁਰਦੁਆਰਾ ਸਿੱਖ ਸੁਸਾਇਟੀ ਆਫ ਮੈਨੀਟੋਬਾ ਦਾ ਪ੍ਰਧਾਨ ਮਹਿੰਦਰਪਾਲ ਸਿੰਘ ਬਰਾੜ ਨੇ ਕਿਹਾ ਕਿ ਬਹੁਤ ਜ਼ਿਆਦਾ ਖਰਾਬ ਮੌਸਮ ਦੇ ਬਾਵਜੂਦ ਵੀ ਸੰਗਤਾਂ ਨੇ ਨਗਰ ਕੀਰਤਨ ਵਿੱਚ ਭਾਗ ਲਿਆ ਇਸ ਤੋਂ ਸਪੱਸ਼ਟ ਹੁੰਦਾ ਹੈ ਕਿ ਲੋਕਾਂ ਵਿੱਚ ਸਿੱਖ ਧਰਮ ਵਿੱਚ ਅ타ਸ਼ਰਦਾਈ ਪ੍ਰਧਾਨ ਨੇ ਇਸ ਮੁਕ ਮੀਟਿੰਗ ਵੱਲੋਂ ਸੰਗਤਾਂ ਸੇਵਾਦਾਰਾ ਪੁਲਿਸ ਪ੍ਰਸ਼ਾਸਨ ਸਿਟੀ ਪ੍ਰਸ਼ਾਸਨ ਅਤੇ ਪ੍ਰਬੰਧਕਾਂ ਦਾ ਸਹਿਯੋਗ ਲਈ ਧੰਨਵਾਦ ਕੀਤਾ ਹੈ ਤੇ ਜਿਨਾਂ ਲਈ ਅਜੀਤ ਖਬਰਾਂ ਦਾ ਇਹ ਬੁਲੇਟਿਨ ਇੱਥੇ ਖਤਮ ਹੁੰਦਾ ਹੈ ਨਵੀਆਂ ਤੇ ਤਾਜ਼ਾ ترین ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ